जी सुबह सुबह तो टाइम है तो सर्दियों वाली धुंध पई अज तो हवा रात दी बिल्कुल कोई नहीं सी तो धुंध देख लो किन्नी आ देख लो इस पास बहुत प्यारा मौसम है इन्नी हल्की हल्की धुंध पई है। अच्छा जी भैन भरावो रात भी इदा ही बस फिर बच्चों नु भी इंज करके ते आपे भी इंज करके दित्तियां कल जो ते कि सुत्तियां ते डिग गई या सुत्ती डिग गई। अच्छा जी कहां आ गए सवेरे? चिड़ी भी आई। चिड़ी भी आई सही हाँ देख लो जी चिड़ी आ गई। पाकिस्तान सुबह सुबह बच्चे नु दिने सेब ते इनु यानी के धोने नल सवेरे नलके ते बर्तन आ लैन सेबन धोई मैं बच्चे नु देवां। प्लेट छोटी नहीं लाए हैं? प्लेट छोटी नहीं प्लेट छोटी अच्छा जी वीडी प्लेट भी ले लें वीडी प्लेट ले लें आह वाली सुबह ना आके टे लो कट के दें कट के सारे देवे ओहो बस कर चल छ मंजी से आ जाओ मंजी चलो खिलो जाओ बह के मैं कट के दिना खिलो जाओ खिलो जाओ खिलो जाओ मैं कट के दिना सेब मैं कट दिते हूँ बिच पाने मठा जहा नमक तो कुत्ते मठा जहा नमक तोड़ के चलो जी खा लो खाओ जी खाओ 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 नहा के फ्रैश हो गए सवेरे सवेरे मानी ने हजे सिर नहीं वाया अच्छा जी पंप चलाया सीगा पानी पानी पाना पौद्या नू कपड़े धोन ले आज कंडे हम बदबूटी फिर होगी नहीं बस हम पोटी लेनी है कोई पता नहीं अजे अज मैं कीता सी रात दोबारा कहना सी बस मैं पट्ठे से जाके पता कर दा पट्ठे का टाइम हो गया लीशा मानी सुबान नहाउण डे ते सुमेरा धोण डे कपड़े किन्ने रह गए होने शुरू किए अजे ते हुण स्टार्ट होए ते पंप चलण डे तेरी वर्दी आ देखा पई धोण वाली है लीशा नहीं मैं दाल करवा तेरना अच्छा जी न्याणे नहाई जांदे ते नाले सवेरे कपड़े धोई जांदे ओह नहाई जांदे कदी बंद कर लैंदे कदी बंद कर लैंदे कदी चला लैंदे कदी बंद कर लैंदे बारिश पैन डी मैं जरा नहा लैन गर्मी लगी हुई है कि बारिश आन डी अल्लाह ने बारिश दी टिमकने वाली बारिश पैन डी थले है ना समान भी नहाउण डिया मिठाई बजाने बंदा एडा एमरजेंसी कर सकता पर शुक्र अलहमदुलिल्लाह अल्लाह दा फिर भी लख लख शुक्र आ वक्त सोहना लंघ गया ये मैं कपड़े धो के हटी सी सारे इतों तकरीबन धोन लगी हाँ
ਪੰਪ ਤੇ ਧੋਤੇ ਸੀਗੇ ਇਹ ਸਾਰੇ ਇੱਕ ਬਾਲਟੀ ਰਹਿ ਗਈ ਤੇ ਪੰਪ ਨੇ ਕਿਹਾ ਵੀ ਸਲਾਮ ਅਲੈਕਮ ਭੱਜ ਜਾ ਹਾਂ ਉਤੋਂ ਜਿਹੜਾ ਨਾ ਧੁੱਪ ਜਿਹੜਾ ਕਿ ਡਾਊਨ ਹੋ ਗਈ ਤੇ ਪੰਪ ਨੇ ਤਾਂ ਆਪੇ ਸਲਾਮ ਅਲੈਕਮ ਕਹਿਣੀ ਸੀ ਇੱਧਰ ਵੀ ਉਧਰ ਦੋ ਸੂਟ ਫੇਰੇ ਆ ਈਸ਼ਾ ਦੇ ਪਾਪਾ ਦੇ ਆ ਪੰਪ ਤਾਂ ਲਾਲਚ ਕਰ ਜਾਂਦੀ ਦੋ ਦਿਨਾਂ ਦੇ ਤਿੰਨਾਂ ਦਿਨਾਂ ਦੇ ਇਕੱਠੇ ਕਰਕੇ ਫਿਰ ਧੋ ਲੈਂਦੀ ਸਹੀ ਥੋੜੀ ਸੌਖੀ ਹੋ ਜਾਂਦੀ ਹੈ ਫਿਰ ਉੱਥੇ ਆ ਵੀ ਖੁੱਲਾ ਪਾਣੀ ਹੁੰਦਾ ਆਰਾਮ ਸਕੂਨ ਨਾਲ ਬੰਦਾ ਧੋ ਲੈਂਦਾ ਅੱਛਾ ਜੀ ਉਹ ਕੱਪੜੇ ਕਿਤੇ ਪਏ ਉੱਥੇ ਉਹ ਇੱਕ ਦੋ ਨਕਾਰਾ ਦੇ ਸੂਟ ਸੀਗੇ ਤੇ ਉਹ ਇੱਕ ਸਾਫਾ ਜਿਹਾ ਉਹ ਲਿਆਣਾ ਸਹੀ ਉਹ ਚੁੱਕ ਕੇ ਲਿਆਣਿਆ ਤੇ ਇਹ ਦੇਖ ਲਓ ਜੀ ਇਹ ਮੇਰੀ ਦੁਪਹਿਰ ਦੀ ਕਮਾਈ ਤੇ ਦਾਲ ਮੈਂ ਰੱਖੀ ਉੱਤੇ ਉਬਲਣੀ ਅੱਗ ਮੇਰੀ ਗਈ ਹੈ ਦਾਲ ਚਨਿਆਂ ਦੀ ਹਾਂ ਮਾਸ਼ਾਅੱਲਾ ਅੱਛਾ ਜੀ ਅੱਜ ਚਨਿਆਂ ਦੀ ਦਾਲ ਸਪੈਸ਼ਲੀ ਤੇ ਕੱਲ ਬਣਾਇਆ ਕੀ ਸੀਗੀ ਕੱਲ ਕੜੀ ਬਣਾਈ ਸੀਗੀ ਕੜੀ ਪਕੌੜੇ ਹਾਂ ਭੈਣ ਭਰਾ ਨੂੰ ਬਹੁਤ ਪਸੰਦ ਸੀਗੇ ਇੱਕ ਸਾਡੀ ਆਪੀ ਇੱਕ ਆਂਟੀ ਕਹਿੰਦੀ ਸੀ ਮੈਂ ਵੀ ਖਾਣ ਆਣਾ ਮੋਸਟ ਵੈਲਕਮ ਜਦੋਂ ਅੱਛਾ ਜੀ ਇੱਕ ਛੋਟੀ ਜੀ ਨੰਨੀ ਮੁੰਨੀ ਜੀ ਸਾਡੀ ਪਿਆਰੀ ਜੀ ਮਹਿਨੂਰ ਹੈ ਜਿਹਨੇ ਸਾਡੀ ਸਾਰੀਆਂ ਵੀਡੀਓ ਪਿੱਛੇ ਸ਼ੁਰੂ ਚੈਨਲ ਤੋਂ ਲੈ ਕੇ ਅੱਜ ਤੱਕ ਦੇਖਦੀ ਆਈ ਆ ਤੇ ਉਹਦਾ ਬਹੁਤ ਬਹੁਤ ਸ਼ੁਕਰੀਆ ਅੱਲਾਹ ਤਾਲਾ ਉਹਨੂੰ ਨੇਕ ਜਜ਼ਾ ਦੇਵੇ ਮਾਲਕ ਸੋਹਣਾ ਉਹਨੂੰ ਢੇਰੋ ਖੁਸ਼ੀਆਂ ਦੇਵੇ ਅੱਲਾਹ ਤਾਲਾ ਉਹਦਾ ਨਸੀਬ ਅੱਛਾ ਕਰੇ ਤੇ ਸਾਡੀਆਂ ਬੇਟੀਆਂ ਮੁਤਾਬਕ ਆ ਤੇ ਉਹਨੇ ਬਹੁਤ ਹੀ ਪਿਆਰ ਦਿੱਤਾ ਸਾਡੀ ਵੀਡੀਓ ਨੂੰ ਬਹੁਤ ਹੀ ਬਕੈਦਗੀ ਨਾਲ ਵਾਚ ਕੀਤਾ ਔਰ ਕੱਲ੍ਹ ਹੀ ਦੱਸਿਆ ਸੀ ਅਤੇ ਸਭ ਨੇ ਉਹਦੇ ਲਈ ਦੁਆ ਕਰਨੀ ਆ ਬੇਟੀਆਂ ਆਪਣੀਆਂ ਬੇਟੀਆਂ ਦੇ ਮੁਤਾਬਕ ਅੱਲਾਹ ਤਾਲਾ ਉਹਨੂੰ ਵੀ ਬੇਟੀ ਹੋਣ ਦੇ ਨਾਤੇ ਉਹਨੇ ਨਸੀਬ ਅੱਛੇ ਕਰੇ ਉਹਨੂੰ ਦੀਨ ਦੁਨੀਆ 'ਚ ਕਾਮਯਾਬੀ ਦੇਵੇ ਅਤੇ ਉਹਨੂੰ ਪੜ੍ਹਾਈ 'ਚ ਕਾਮਯਾਬੀ ਦੇਵੇ ਅੱਲਾਹ ਤਾਲਾ ਨੂੰ ਖੁਸ਼ ਰੱਖੇ ਮਹਿਨੂਰ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਤੂੰ ਸਾਡੀ ਸਾਰੀ ਵੀਡੀਓ ਵਾਚ ਕੀਤੀਆਂ ਅੱਲਾਹ ਤਾਲਾ ਤੇ ਨੇਕ ਜਜ਼ਾ ਦੇਵੇ ਇਨਸ਼ਾਅੱਲਾ ਅਸੀਂ ਤੇਰੇ ਲਈ ਬਹੁਤ ਦੁਆਵਾਂ ਕਰਦੇ ਰਹਾਂਗੇ ਅਤੇ ਬਲਕਿ ਮੈਂ ਤਾਂ ਹਮੇਸ਼ਾ ਨਮਾਜ਼ ਪੜ੍ਹ ਕੇ ਹੀ ਕਹਿੰਦੀ ਹੁੰਦੀ ਵੀ ਯਾ ਅੱਲਾ ਪਾਕ ਮੇਰੀ ਜਿੰਨੀ ਵੀ ਯੂਟਿਊਬ ਫੈਮਲੀ ਹੈ ਮੇਰੀ ਸਪੋਰਟਸ ਖੜ੍ਹੀ ਆ ਜਿੰਨੀ ਵੀ ਖੜ੍ਹੀ ਆ ਵੀਡੀਓ ਦੇ ਲਿਹਾਜ਼ ਨਾਲ ਜਿਸ ਹਿਸਾਬ ਨਾਲ ਵੀ ਖੜੀ ਆ ਅੱਲਾਹ ਤਾਲਾ ਸਭ 'ਤੇ ਆਸਾਨੀਆਂ ਪੈਦਾ ਕਰੇ ਸਭ ਦੀਆਂ ਖੁਸ਼ੀਆਂ ਪੂਰੀਆਂ ਕਰੇ ਆਮੀਨ ਸੁਮਾ ਆਮੀਨ ਅਤੇ ਮੇਰੇ ਰਹਿੰਦੇ ਥੋੜ੍ਹੇ ਜਿਹੇ ਕੱਪੜੇ ਮੈਂ ਉਹ ਪੂਰੇ ਕਰਨੇ ਅਤੇ ਮੈਂ ਦਾਲ ਉਬਲੀ ਰੱਖੀ ਆ ਚਨਿਆਂ ਦੀ ਅਤੇ ਉਹ ਵੀ ਮੈਂ ਦੇਖਣੀ ਆ ਅਤੇ ਬੱਚਿਆਂ ਨੂੰ ਮਹਿਰਾਨ ਸੁਭਾਅ ਨੂੰ ਨਵਾਇਆ ਅਤੇ ਅਲੀਸ਼ਾ ਆਪਣਾ ਹੋਮਵਰਕ ਕਰਦੀ ਬਈ ਉਹ ਬਾਹਰ ਬੈਠੇ ਆ ਉਹਨਾਂ ਨੂੰ ਪਤੇ ਆਪ ਦੇ ਕੇ ਲਾਇਆ ਮਹਿਰਾਨ ਜਿਹੜਾ ਸਾਡਾ ਨਾ ਥੋੜ੍ਹਾ ਜਿਹਾ ਕੰਮ ਚੋਰ ਆ ਥੋੜ੍ਹਾ ਜਿਹਾ ਲਿਖ ਲਵੇ ਤਾਂ ਕਹਿੰਦਾ ਥੱਕ ਜਾਂਦਾ ਉਹਨੂੰ ਹੁਣ ਮੈਂ ਕਿਹਾ ਨਾ ਮਾਰ ਜਾਂਦਾ ਕਹਿੰਦਾ ਸੀ ਮੈਂ ਘੜੀ ਲੈਣੀ ਮੈਂ ਕਿਹਾ ਤੈਨੂੰ ਘੜੀ ਲੈ ਕੇ ਦੇਵਾਂਗੇ ਜੇ ਅਗਰ ਤੂੰ ਦਿਲ ਲਾ ਕੇ ਪੜੇਗਾ ਪਰਨਾ ਨਹੀਂ ਤੇ ਹੋਮਵਰਕ ਕਰਦਾ ਹੈ ਲੇਕਿਨ ਮੈਨੂੰ ਕਹਿੰਦਾ ਸੀ ਮੈਂ ਪਾਪਾ ਘੜੀ ਲੈ ਕੇ ਦੇਣੀ ਮੈਂ ਪੜਿਆ ਤੇ ਠੀਕ ਉਹ ਤੁਹਾਡੀ ਘੜੀ ਕੱਲ ਬਾਹਰ ਪਈ ਸੀ ਨਾ ਉਹ ਦੇਖੀ ਫਿਰ ਮੇਰੇ ਵਾਲੀ ਦੇਖੀ ਕਹਿੰਦਾ ਮੈਨੂੰ ਵੀ ਘੜੀ ਦਿਓ ਮੈਂ ਕਿਹਾ ਤੈਨੂੰ ਘੜੀ ਲੈ ਕੇ ਤਾਂ ਦੇਣੀ ਜੇ ਅਗਰ ਤੂੰ ਪੜ੍ਹੇ ਲਿਖੇਗਾ ਜੇ ਅਗਰ ਪੜ੍ਹਨਾ ਲਿਖਣਾ ਨਹੀਂ ਫਿਰ ਨਹੀਂ ਮੈਂ ਕਿਹਾ ਅਲੀਸ਼ਾ ਪੜ੍ਹਦੀ ਲੈ ਦੇ ਦੇਖਿਆ ਅਲੀਸ਼ਾ ਨੂੰ ਹਰਸ਼ਾ ਲਿਆ ਕੇ ਦੇਈ ਦੀ ਫਿਰ ਕਹਿੰਦਾ ਠੀਕ ਆ ਮੈਂ ਕਹਿੰਦਾ ਲਿਖੂੰਗਾ ਕੰਮ ਅਤੇ ਮੈਂ ਹੁਣ ਦਾਲ ਦੇਖ ਲਵਾਂ ਆਪਣੀ ਦਾਲ ਕਿੱਥੇ ਤੱਕ ਪਹੁੰਚੀ ਆ ਦਾਲ ਮੈਂ ਰੱਖੀ ਹੋਈ ਆ ਉਬਲਣੀ ਅਲੀਸ਼ਾ ਮਹਿਰਾਨ ਪੜ੍ਹਦੇ ਟੇ ਅਤੇ ਅਲੀਸ਼ਾ ਪੜ੍ਹਨ ਲਈ ਤਾਂ ਮਹਿਰਾਨ ਵਾਕਈ ਕਮਜ਼ੋਰ ਹੈ ਜਿਹੜੀ ਗੱਲ ਕਹੀ ਸੀ ਉਹ ਨਾ ਠਾ ਸਵਾਨ ਨਾ ਠਾ ਉਹਨੂੰ ਮਨੀ ਨਾ ਠਾ ਸਵਾਨ ਨਾ ਠਾ ਮਿੱਠੂ ਨਾ ਠਾ ਸੌ ਲੈਣ ਦੇ ਉਹਨੂੰ ਕੀ ਕਹਿੰਦਾ ਕਹਿੰਦਾ ਖੇਡਦਾ ਨਹੀਂ ਮੇਰੇ ਨਾਲ ਸੌਣ ਦੇ ਸਵਾਨ ਸੌਣ ਦੇ ਦੇਖ ਲਓ ਜੀ ਇੱਧਰ ਦੇਖ ਲਓ ਜੀ ਇੱਧਰ 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 ਸਮਾਨ ਸੁੱਤਾ ਸੀਗਾ ਦੇਖ ਲਓ ਕਾਫੀ ਬੜੀ ਹੈਰਾਨ ਹੁੰਦੀ ਸੀ ਕਹਿੰਦੀ ਉਫ ਇਤਨਾ ਜ਼ਿਆਦਾ ਕੰਮ ਕਰਤੀ ਹੈ ਆਪ ਪਤਾ ਕੀ ਆ ਜਦੋਂ ਤਾਂ ਮੁਕੰਮਲ ਹੋਣ ਨਾ ਘਰ ਬਾਹਰ ਮਿਹਨਤ ਮਜ਼ਦੂਰੀ ਤੇ ਨਾਲ ਜਾਣ ਫਿਰ ਅਸੀਂ ਦੋਨੇ ਰਲ ਕੇ ਕਰ ਲਈਦਾ ਕੜੀ ਪਕੌੜੇ ਆ ਪਕੌੜੇ ਇਹਨਾਂ ਨੇ ਬਣਾ ਲਏ ਕੜੀ ਮੈਂ ਬਣਾ ਲਈ ਮਸਾਲਾ ਵਗੈਰਾ ਇਹਨਾਂ ਨੂੰ ਤਿਆਰ ਕਰਾ ਲਿਆ ਰਲ ਮਿਲ ਕੇ ਸਬਜ਼ੀ ਵਗੈਰਾ ਕੱਟ ਲਈ ਅਤੇ ਵਾਹਵਾ ਕੰਮ ਸਾਡਾ ਹੋ ਜਾਂਦਾ ਰਲੇ ਮਿਲ ਕੇ ਇਹਨਾਂ ਲੱਸੀ ਤਿਆਰ ਕਰ ਲਈ ਰੋਟੀ ਤਿਆਰ ਕਰ ਲਈ ਮੈਂ ਚੀਜ਼ ਚੂਜ਼ਾ ਇਕੱਠੀਆਂ ਕਰ ਲਈਆਂ ਅਤੇ ਇਹ ਆ ਵੀ ਹੁਣ ਇਹ ਜਾਂਦੇ ਉੱਥੇ ਸਰੀ ਦਿਹਾੜੀ ਭੈਣ ਭਰਾਵੋ ਗਰਮੀ ਇੰਨੀ ਪੈਂਦੀ ਵੀ ਪਾਕਿਸਤਾਨ 'ਚ ਜਿੰਦਾ ਮੇਰਾ ਵੀ ਨਾ ਬਸ ਦੋ ਕੁ ਦਿਨਾਂ ਦਾ ਕੰਮ ਰਹਿ ਗਿਆ ਸਿਰਫ ਦੋ ਦਿਨ ਚਲੋ ਓਨਲੀ ਦੋ ਦਿਨ ਅੱਲਾ ਪਾਕ ਖੈਰ ਕਰੇ ਅਤੇ ਇਹ ਫਿਰ ਸਰੀ ਦਿਹਾੜੀ ਉੱਥੋਂ ਖੱਪੇ ਵਿਆਹਦੇ ਫਿਰ ਇਹਨਾਂ ਨੂੰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਕਿਉਂਕਿ ਸਰੀ ਦਿਹਾੜੀ ਇਹ ਵੀ ਤਾਂ ਇੰਨੀ ਗਰਮੀ ਦੇ ਵਿੱਚ ਕਰਕੇ ਆਉਂਦੇ ਆ ਅਤੇ ਮੈਂ ਫਿਰ ਬੱਚਿਆਂ ਨੂੰ ਸਵੇਰੇ ਸਵੇਰੇ ਨਵਾ ਕੇ ਨਾਸ਼ਤਾ ਕਰਾ ਕੇ ਅਤੇ ਆਪਣਾ ਸਾਰੀ ਸਫਾਈ ਕਰੀ ਦੀ ਬਰਤਨ ਸਾਫ਼ ਕਰੀ ਦੇ ਫਿਰ ਜੇ ਆਰਾਮ ਕਰਨਾ 10 ਮਿੰਟ ਕਰਨਾ ਫਿਰ ਉਹ ਤੋਂ ਬਾਅਦ ਜਿਹੜਾ ਕਿ ਵੀ ਕੱਪੜੇ ਧੋਣ ਵਾਲੇ ਉਹ ਧੋ ਲਏ ਕਮਰੇ ਦੀ ਕੋਈ ਸਫਾਈ ਹੋ ਮਿਸਤਰੀ ਨੇ ਫੋਨ ਕੀਤਾ ਸੀ ਕਹਿੰਦਾ ਸੀ ਮੇਰੇ ਵੀ 3 ਤੋਂ 4 ਦਿਨ ਲੱਗਦੇ ਤੁਸੀਂ ਆਪਣਾ ਮਟੀਰੀਅਲ ਸਮਾਨ ਪੂਰਾ ਕਰੋ ਅਤੇ ਫਿਲਹਾਲ ਸਾਡੇ ਕੋਲ ਰੇਤ ਦੀ ਕਮੀ ਹੈ ਅਤੇ ਸੀਮਟ ਅਤੇ ਰੰਗ ਲਿਆਵਾਂਗੇ ਅਤੇ ਇਹਨੂੰ ਰੰਗ ਟਾਈਮ ਨਾਲ ਕਰ ਦੇਵਾਂ ਕਿਉਂਕਿ ਮਿਸਤਰੀ ਨੂੰ ਸਭ ਤੋਂ ਪਹਿਲਾਂ ਤਾਂ ਸਿਮ ਇਹੀ ਟੀਅਰ ਗਾਰਡਰ ਟਾਇਲ ਚਾਹੀਦੀ ਹੈ ਨਾ ਇਹ ਮੁਕੰਮਲ ਹੋ ਗਊਗਾ ਕੰਮ ਉਹ ਤਾਂ ਲਿਆਉਣੀ ਲਿਆਉਣੀ ਨਾ ਅਤੇ ਇਹ ਰੰਗ ਹੋਏ ਹੋਣਗੇ ਹਾਂ ਇੱਕ ਵਾਰ ਦੇ ਕੇ ਦਸਤੀ ਗਾਰਡਰ ਦੇ ਵਾਰ ਬੀਟ ਦੇਵਾਂਗੇ ਕਲਮ ਲੈ ਆਵਾਂਗੇ ਤਕਰੀਬਨ
फुट दे विच दो तीन तीन ईटा लगनी फुट च उबल गई अच्छा जी बर्तन धो के रख दिते टोकरी विच ते कपड़े चेंज किए क्योंकि गिले गिले कपड़े ने मैं बर्तन धोलवा तो वो हूँ पानी चू कड़ के सुकड़े पा दिते उन्होंने सर्फ साबण सवेरे लावे करा तो वैसे पानी चू कड़ के रख दिते तो हूँ मैं बजा लेने हूँ इसरी वास्ते पानी पा के बुझ जाने चौकी सैड पर रख दूंगी पाले चिले माशाला हैगी दाल दालिया सौ रुपये की अद्धी मैं पका ली है अद्धी ना थोड़ी पई है ठीक है जी आज की वीडियो निश्चित चला नेक्स्ट वीडियो में फिर मुलाकात होगी उदों तक लिए अपना अपने प्यार का बहुत सारा ख्याल रखना ओके जी अल्लाह।